ਤੇ ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰ ਸਾਰੇ ਵਧੀਆ ਹੋਗੇ ਤੇ ਮੈਂ ਠੀਕ ਠਾਕ ਹੀ ਹਾਂ ਤੇ ਹੁਣ ਆਇਆ ਸੀ ਮੈਂ ਤਾਂ ਵਲੌਗ ਸ਼ੁਰੂ ਕਰ ਰਿਹਾ ਵਾਂ ਉਹ ਵੀ ਸ਼ਾਮ ਦੇ 4 ਵਜੇ ਕਿਉਂਕਿ ਹੁਣ ਅਸੀਂ ਚੱਲੇ ਹਾਂ ਕਲੱਚ ਦੀ ਤਾਰ ਲੈਣ ਕਲੱਚ ਦੀ ਤਾਰ ਲੈਣ ਤੇ ਕਿੱਥੋਂ ਮਿਲੂਗੀ ਇਹ ਮਿਲੂਗੀ ਪੰਜਾਬ ਵਾਲਿਆਂ ਦੇ ਜਾਂ ਧਾਲੀਵਾਲ ਵਾਲਿਆਂ ਦੇ ਪੰਜਾਬ ਵਾਲਿਆਂ ਦੇ ਧਾਲੀਵਾਲ ਵਾਲਿਆਂ ਦੇ ਜਾਣਾ ਪੈਣਾ ਫਿਰ ਚਿਮਨੀ ਰੋਡ ਫਿਰ ਹੁਣ ਤੁਹਾਨੂੰ ਮਿਲਦੇ ਹਾਂ ਆ ਜਾਓ ਜੀ ਗਾਇਸ ਧਾਲੀਵਾਲ ਵਾਲੇ ਤੇ ਆ ਗਏ ਹੋਏ ਆ ਇੱਥੋਂ ਲੈਨੇ ਆ ਤਾਰ ਫਿਰ ਤੁਹਾਨੂੰ ਮਿਲਦੇ ਘਰੇ ਜਾ ਕੇ ਗਾਇਸ ਤਾਰ ਵੀ ਲੈ ਲਈ ਅਸੀਂ ਆਪੇ ਪਾਏਗਾ ਹੈ ਆਪੇ ਪਾਊਗਾ ਜਿਵੇਂ ਇਹਨੇ ਮੇਰੇ ਹੋਰਨ ਲਾਏ ਸੀ ਨਾ ਉਵੇਂ ਆਪੇ ਤਾਰ ਪਾਊਗਾ ਆ ਦੇਖ ਲਓ ਘਰੇ ਲਿਆ ਆਪਦੇ ਆ ਲੈ ਘਰੇ ਲੈ ਕੇ ਆਊਂਗਾ ਫਿਰ ਕਦਾਂ ਹੁਣੇ ਲਾਣੀ ਆ ਯਾਰ ਮੈਂ ਵਿਹਲਾ ਯਾਰ ਘਰੇ ਜਾ ਕੇ ਕਰਨਾ ਕੁਛ ਕਰਨਾ ਮੈਂ ਇੱਧਰ ਗੱਲ ਕਰ ਆ ਦੇਖੋ ਘਰੇ ਜਾ ਕੇ ਕੁਛ ਕਰਨਾ ਮੈਂ ਪਤਾ ਕਿੰਨੇ ਕੰਮ ਕਰਾਉਣਾ ਹੁਣ ਘਰਦਿਆਂ ਨਾਲ ਹਾਂ ਪਤਾ ਮੈਨੂੰ ਚੱਲ ਝੂਠਾ ਮੁੰਡੇ ਨੇ ਖੋਲਣਾ ਸ਼ੁਰੂ ਕਰਤਾ ਪਾਲੇਗਾ ਜਾਂ ਮੈਂ ਤੁੱਕੇ ਚ ਲਾਈ ਜਾਂਦਾ ਵਾਂ ਤੁੱਕੀ ਲਾ ਰਿਹਾ ਵਾਂ ਬਸ ਫਿਰ ਮੈਂ ਆਪਣੀ ਮੋਟਰਸਾਈਕਲ ਦੇ ਪਿੱਛੇ ਲਿਖਾਣਾ ਮੁੰਡਾ ਸਿਆਣਾ ਜ਼ਿਲ੍ਹਾ ਲੁਧਿਆਣਾ ਹਾਂ ਸ਼ਾਬਾਸ ਮੂੰਹ ਦੇਖਿਆ ਉਹ ਤਾਂ ਕਦੇ ਸਿਆਣੇ ਵਾਲਾ ਜਦੋਂ ਫਿੱਟ ਹੁੰਦੀ ਫਿਰ ਤੁਹਾਨੂੰ ਦਿਖਾਉਣਾ ਤਾਰ ਨੇ ਆਹ ਸਿੜਤੀ ਇਹਨੂੰ ਕਿਹਾ ਹੋਇਆ ਤਾਰ ਨੂੰ ਹੈਂ ਉਹ ਜੱਗੀ ਹੈਂ ਬਕਵਾਸ ਕਿਵੇਂ ਕਰ ਰਿਹਾ ਆਹ ਤਾਰ ਪੁਰਾਣੀ ਸਿੜਤੀ ਨਵੀਂ ਪਾ ਤੀ ਮੁੰਡੇ ਨੇ ਮਾਲਿਸ਼ ਕਰ ਰਿਹਾ ਤਾਰ ਦੀ ਕੀ ਬੋਲਿਆ ਤੂੰ ਕਲੱਚ ਦੀ ਤਾਰ ਵੀ ਲੱਗ ਗਈ ਆ ਲਾ ਤੀ ਮੁੰਡੇ ਨੇ ਤੇ ਆਹ ਮੁੰਡੇ ਦਾ ਡੋਗੀ ਪੈਰ ਚੱਟਦਾ ਵਾ ਤੇ ਹੁਣ ਤੁਹਾਨੂੰ ਮਿਲਦੇ ਘਰੇ ਆ ਕੇ ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਹੁਣ ਹੈਗਾ ਅਗਲਾ ਦਿਨ ਕਿਉਂਕਿ ਕੱਲ੍ਹ ਮੈਂ ਵੀਡੀਓ ਤਾਂ ਨਹੀਂ ਬਣਾ ਪਾਇਆ ਕਿਉਂਕਿ ਕੱਲ੍ਹ ਮੈਨੂੰ ਬਹੁਤ ਜ਼ਿਆਦਾ ਕੰਮ ਸੀਗੇ ਅਤੇ ਹੁਣ ਵੀ ਮੈਂ ਇੱਕ ਦੁਪਹਿਰ ਦੇ 1 ਵਜੇ ਫ੍ਰੀ ਹੋਇਆ ਵਾਂ ਉਹ ਵੀ ਮੈਂ ਤਾਂ ਤਿਆਰ ਹੋਇਆ ਕਿਉਂਕਿ ਮੁੰਡਾ ਕਹਿੰਦਾ ਕਿ ਆਪਾਂ ਗਣਪਤ ਵਿਸਰਜਨ ਕਰਨ ਜਾਣਾ ਵਾਂ ਅਤੇ ਮੈਂ ਕਿਹਾ ਕੋਈ ਨਹੀਂ ਵੀਰੇ ਚੱਲ ਪਾਂਗੇ ਅਤੇ ਕਹਿੰਦਾ ਵੀਰੇ ਮੈਂ ਤੁਹਾਨੂੰ ਲੈਣ ਆ ਰਿਹਾ ਮੈਂ ਕਿਹਾ ਆ ਜਾ ਹੁਣ ਜਦੋਂ ਆਉਂਦਾ ਮੁੰਡਾ ਲੈਣ ਫਿਰ ਤੁਹਾਨੂੰ ਦਿਖਾਉਣਾ ਅਤੇ ਕਹਿੰਦਾ ਤੁਸੀਂ ਮੌਸਮ ਦੇਖੋ ਮੌਸਮ ਬੜਾ ਘੈਂਟ ਹੋਇਆ ਆ ਧੁੱਪ ਜਮ੍ਹਾਂ ਨਹੀਂ ਹੈਗੀ ਮੀਂਹ ਵਾਲਾ ਮੌਸਮ ਬਣਿਆ ਹੋਇਆ ਵਾ ਮੀਂਹ ਪੈਂਦਾ ਹੈ ਨਹੀਂ ਭੜਾਸ ਹੋ ਜਾਂਦੀ ਆ ਪੂਰੀ ਹਾਂਜੀ ਪ੍ਰਧਾਨ ਸਾਹਿਬ ਜੀ ਆ ਗਏ ਆ ਹੁਣ ਫਿਰ ਚੱਲਦੇ ਹਾਂ ਚਲੋ ਬਾਈ ਤੇ ਹਾਂਜੀ ਗਾਇਸ ਹੁਣ ਅਸੀਂ ਚੱਲੇ ਹਾਂ ਗਣਪਤ ਦੇ ਵਿਸਰਜਨ ਕਰਨ ਤੇ ਹੁਣ ਫਿਰ ਮਿਲਦੇ ਤੁਹਾਨੂੰ ਉੱਥੇ ਆ ਕੇ ਕੋ ਕਾਇਆ ਬਾਂਝਨ ਕੋ ਪੁੱਤਰ ਦੇਤ ਨਿਰਧਨ ਕੋ
गणपति बाप्पा मोरिया मंगल मूर्ति मोरिया गणपति बाप्पा मोरिया मंगल मूर्ति मोरिया गणपति बाप्पा मोरिया अगले बरस को जल्दीया अगले बरस को जल्दीया गणपति बाप्पा मोरिया मंगल मूर्ति मोरिया। हाँ जी गाइज, हुण मैं गणपत विसर्जन तो आ गया होया वा ते हुण मैं फिर आया कोठे ते, क्योंकि थले तुहानू पता रिश्तेदार आए होंगे आ। तो हुण मैं करदा ब्लॉग नू एंड। आई होप तुहानू मेरा ब्लॉग वधिया लगा होगा। लाइक कमेंट शेयर करके जरूर दस्सिओ ब्लॉग कैसा बनया। थैंक यू।